ਗੁਰਦੁਆਰਾ ਸਾਹਿਬ ਤੋਂ ਆਪਣੀ ਪੋਤੀ ਨੂੰ ਦੇ। ਮੈਂ ਬੋਲ ਰਿਹਾ ਪੋਤੀ ਦੇ ਪਿਆਰ ਦੇ ਨਾਲ ਜਿਹੜੀ ਇੰਡੀਆ ਤੋਂ ਬੱਚੀ ਗਈ 8-9 ਸਾਲ ਦੇ ਉਮਰ, ਉਹਨੇ ਮੇਰੇ ਸਾਹਮਣੇ ਖੋ ਕੇ ਤੇ ਆਪਣੀ ਪੋਤੀ ਬਹਿ ਗਿਆ। ਬਸ ਮੈਂ ਕਿਹਾ ਪਾ ਕੀਤੀ ਤੂੰ ਖਿੱਚੇ ਗਾ ਸਮਝਿਆ ਮੇਰੀ ਗੱਲ। ਜੇ ਮੈਂ ਕਿਹਾ ਇੱਥੇ ਗੁਰਸਿੱਖ ਹੁੰਦਾ ਉਹਦੇ ਪੋਤੀ ਨੂੰ ਦੇਣੀ ਨਹੀਂ ਸੀ ਉਹ ਕਹਿੰਦੀ, ਪਰ ਦੇਣੀ ਉਸ ਨੂੰ ਵੀ ਜਿਹੜੀ ਬੱਚੀ ਨੂੰ ਲੋੜ ਵਾ, ਕਿਉਂਕਿ ਗੁਰੂ ਨਾਨਕ ਜੀ ਜਿਹੜੀ ਗੋਲ ਕਿਹਾ ਉਹ ਗਰੀਬ ਦਾ ਗੁਰੂ ਤੇਰੀ ਪੋਤੀ ਨੂੰ ਖਾਂਦੀ ਹੈ। ਇਹਦਾ ਕੀ ਕਰਨ ਪੈ ਗਿਆ ਕੁਛ ਨਹੀਂ ਰਹਿ। ਦੋ ਦਿਨ ਰਹਿ ਉਹਦੇ ਕੋਲ ਤੇ ਮੈਂ ਆਖਦਾ ਇੱਕ ਸਵੱਟੀ ਦੇ ਉੱਚਾ ਉਤਰਨਾ ਬਹੁਤ ਔਖਾ ਤੇ ਬਹੁਤਾ ਹੀ ਸੌਖਾ। ਹੁਣ ਤੁਸੀਂ ਕਹੋਗੇ ਬਹੁਤ ਔਖਾ ਸੌਖਾ ਕਿ ਸਿੱਖ ਨੇ ਕੁਛ ਨਹੀਂ ਕਰਨਾ। ਵੀਰ ਬਲਕਾਰ ਸਿੰਘ ਜੀ ਬੈਠੇ ਨੇ ਸਾਡੇ ਭਤੀਜੇ ਨੇ, ਇਹਨਾਂ ਨੇ ਕਿਹਾ ਵੀ ਸੰਗਤ ਦਾ ਧੰਨਵਾਦ ਵੀ ਕਰੀ ਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੰਗਤ ਦਾ ਕਦਰ ਧੰਨਵਾਦ ਧੰਨਵਾਦ ਹੈ ਗੁਰੂ ਦਾ ਜਿਹੜੇ ਸਾਨੂੰ ਪ੍ਰੇਰ ਕੇ ਸੱਦਿਆ। ਸਾਡੇ ਇੱਕ ਦਾਤ ਤੁਹਾਡੇ ਨਾਲ ਸਾਂਝੀ ਕਰੀ, ਉਹਨਾਂ ਦਾ ਨਾਂ ਲੈ ਕੇ ਦੱਸਣਾ ਚਾਹੁੰਦਾ। ਬਾਕੀ ਉਹਨਾਂ ਨੂੰ ਪਤਾ ਨਾ ਸਾਡੇ ਸੰਤਾਂ ਦੀ ਗੁੜੀਆ ਹੈ ਸੰਤ ਦਰਬਾਰ ਸਿੰਘ ਪਰਿਵਾਰ ਤੋਂ ਹੋਏ। ਮੈਂ 12 ਸਾਲ ਦਾ ਸਾਂ, ਬਜ਼ੁਰਗ ਕਿਹੜੀ ਸ਼ਰਾਬ ਪੀਣਾ ਰੋਜ਼। ਮੈਂ ਉਹ ਸੰਤ ਵਾਲੇ ਕੋਲ ਬੈਠਣਾ ਸ਼ੁਰੂ ਕਰ, ਮੈਂ ਉਹਨਾਂ ਨੂੰ ਪੁੱਛਿਆ 6 ਮਹੀਨੇ ਦਾ ਸਮਾਂ ਮੈਨੂੰ ਲੱਗ ਗਿਆ, ਬੜਾ ਪਿਆਰ ਕਰਨ ਲੱਗ ਪਏ। ਅਸੀਂ ਉਹਨਾਂ ਨੂੰ ਭਾਉਂਦੀ ਹੈ ਜੇ ਲੋਕ ਬਾਬਾ ਜੀ ਸੰਤ ਕਹਿੰਦੇ ਸਨ। ਮੈਂ ਕਿਹਾ ਵੀ ਪਰਮਾਤਮਾ ਕਾਲਪੁਰਖ ਦੇ ਦਰਸ਼ਨ ਕਰਾਓ ਕਿਰਪਾ ਕਰੋ। ਉਹਨਾਂ ਨੇ ਕੀ ਗੱਲ ਦੱਸੀ ਹੈ ਤਾਂ ਤੁਹਾਨੂੰ ਸਾਡੀ ਗੱਲ ਹੈ, ਤੁਸੀਂ ਇਲਾਕੇ ਦੇ ਬੈਠੇ ਤੁਹਾਨੂੰ ਸਮਝ ਲੈ। ਮੈਨੂੰ ਪੁੱਛਦੇ ਨੇ ਵੀ ਆਪਣੇ ਕਣਕ ਨਹੀਂ ਹੁੰਦੀ, ਉਹ ਪੀਪਿਆਂ ਨੂੰ ਮਿਲਦੀ ਸੀ ਕਣਕ। ਮੈਂ ਉਹੀ ਕਹਿਤਾ ਪਤਾ ਮੈਨੂੰ ਕੁਛ ਨਹੀਂ ਸੀ, ਮੈਂ ਸੌ ਪਲ ਦਿੱਤਾ। ਕਹਿੰਦਾ ਵੀ ਜੇ ਘਰ ਦੇ ਵਿੱਚ ਮੰਗਤਾ ਵਾਲੇ ਵੀ ਨਹੀਂ ਕਣਕ ਦੇਗਾ, ਮੈਂ ਕਹਿ ਕੁੱਕ ਦੇ। ਕਹਿੰਦਾ ਜੇ ਤੂੰ ਜ਼ਿਆਦਾ ਕੋਈ ਕਹਿ ਦੂੰ, ਮੈਂ ਕਿਹਾ 2 ਦੇ ਦਾਂਗਾ। ਕਹਿੰਦਾ ਫਿਰ ਮੰਗਤਾ ਕਿੱਥੇ ਜਾਂਦਾ, ਮੈਂ ਕੋਲ ਹੋਰ ਘਰ ਦੇ ਦਿੰਦਾ। ਕਹਿੰਦਾ ਵੀ ਤੂੰ ਸਾਰੀ ਗੱਲ ਕਿਉਂ ਨਹੀਂ ਚੁਕਾਉਂਦਾ, ਮੈਂ ਕਿਹਾ ਮੇਰੇ ਪਿਤਾ ਦੀ ਵੇਚ ਦੀ ਕਮਾਈ ਮੈਂ ਕਿੱਦਾਂ ਚੁਕਾ ਦੂੰ। ਕਹਿੰਦਾ ਮੰਗਤਾ ਕਿੱਥੇ ਜਾਂਦਾ ਫਿਰ ਹੋਰ ਮੰਗਣ ਲਈ, ਮੈਂ ਕਿਹਾ ਪਿੰਡ ਦੇ ਜਾਂਦਾ। ਫਿਰ ਤੂੰ ਕਹਿੰਦਾ ਵੀ ਕਿਉਂ ਦਰਦਾ ਤਾਂ ਮੰਗਤਾ ਮੰਗਦਾ, ਕਿਹੜਾ ਸੰਤ ਵਾ ਜਿਹੜਾ ਆਪਣੀ ਕਮਾਈ ਤੈਨੂੰ ਦੇ ਸਾਰੀ, ਤੇ ਤੂੰ ਦਰਦਾ ਤਾਂ ਉਸ ਮੰਗਤੇ ਨੂੰ ਕਿਉਂ ਮੰਗਦਾ ਬਣਦਾ, ਕੀ ਲੋੜ ਆ। ਦੁਨੀਆ ਦੀ ਕਿਹੜੀ ਤਾਕਤ ਹੈ ਜਿਹਨੂੰ ਪਰਮਾਤਮਾ ਦੇ ਦਰਸ਼ਨ ਕਰ ਲਓ, ਆਪਣੀ ਆਪਣੀ ਤਾਕਤ ਹੈ। ਮੈਂ ਕਿਹਾ ਵੀ ਹੱਲ, ਕਹਿੰਦਾ ਹੱਲ ਕੋਈ ਹਦੂਆ ਨਹੀਂ, ਦੁਨੀਆ 'ਚ ਕੋਈ ਹੱਲ ਨਹੀਂ। ਤੂੰ ਕਹਿੰਦਾ ਅੰਮ੍ਰਿਤ ਛਕਣਾ, ਅੰਮ੍ਰਿਤ ਵੇਲੇ ਉੱਠਣਾ, ਧਰਮ ਦੀ ਕਿਰਤ ਕਰਨੀ ਹੈ, ਦਸਵੰਧ ਕੱਢਣਾ, ਜੇ ਪਰਮਾਤਮਾ ਦੇ ਦਰਸ਼ਨ ਨਾ ਹੋਣਗੇ ਤਾਂ ਤੇਰੇ ਕੋਲ ਆਈ ਮੈਲ ਤੇ ਪਰਮਾਤਮਾ ਦਾ ਆਪੋ ਸਤਨਾਮ। ਹੁਣ ਆਪਾਂ ਵਿਚਾਰ ਕਰੀਏ ਆਪਣੇ ਹਿਰਦੇ ਵਿੱਚ,